ਬਾਸਪਤੀ ਝੋਨੇ ਵਾਲੇ ਕਿਸਾਨਾਂ ਦੇ ਲਈ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਆ ਇਹ ਖਬਰ ਦੀ ਵਿਚਕਾਰ ਜੋ ਜਾਣਕਾਰੀ ਆ ਉਹ ਕਿਸਾਨਾਂ ਨੂੰ ਮਾਲੂਮਾਲ ਵੀ ਕਰ ਸਕਦੀ ਆ ਜਾਂ ਫਿਰ ਕਹਿ ਸਕਦੇ ਆ ਇਹ ਖਬਰ ਕਿਸਾਨਾਂ ਦੇ ਲਈ ਲੋਟਰੀ ਵੀ ਸਾਬਤ ਹੋ ਸਕਦੀ ਆ ਪੰਜਾਬ ਦੇ ਵਿੱਚ ਬਾਸਪਤੀ ਝੋਨਾ 5000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ ਜੀ ਹਾਂ ਪੰਜਾਬ ਦੀਆਂ ਕੁਝ ਮੰਡੀਆਂ ਦੇ ਵਿੱਚ ਬਾਸਪਤੀ ਝੋਨਾ 5000 ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਦਿਆ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਜੋ ਬਰਾਮਦ ਮੁੱਲ ਸੀ ਬਾਸਪਤੀ ਚੋਣੇ ਦਾ ਉਹ 1200 ਡਾਲਰ ਤੈਅ ਕੀਤਾ ਗਿਆ ਸੀ ਟਨ ਦੇ ਹਿਸਾਬ ਦੇ ਨਾਲ ਪਰ ਇਸ ਦਾ ਬਾਅਦ ਦੇ ਵਿੱਚ ਪੰਜਾਬ ਚ ਵੱਡੀ ਪੱਧਰ ਤੇ ਵਿਰੋਧ ਹੁੰਦਾ ਹੈ ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲ ਇਸ ਵਿੱਚ ਕਟੌਤੀ ਕੀਤੀ ਜਾਂਦੀ ਆ ਤੇ ਇਸ ਨੂੰ ਲਗਭਗ 850 ਪ੍ਰਤੀ ਟਨ ਡਾਲਰ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ ਤਾਂ ਇਸ ਸਮੇਂ ਪੰਜਾਬ ਦੇ ਵਿੱਚ ਜੋ ਬਾਸਪਤੀ ਝੋਨਾ ਖਰੀਦਿਆ ਜਾ ਰਿਹਾ ਏ ਉਹ 900 ਤੋਂ ਲੈ ਕੇ 950 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਏ ਪਿਛਲੇ ਸਾਲ ਪੰਜਾਬ ਦੇ ਵਿੱਚ ਬਾਸਪਤੀ ਝੋਨਾ 5 ਲੱਖ ਹੈਕਟੇਰ ਵਿੱਚ ਸੀ ਤੇ ਸਾਲ 6 ਲੱਖ ਹੈਕਟੇਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਬਠਿੰਡਾ ਦੀ ਦਾਣਾ ਮੰਡੀ ਮੋੜ ਦੇ ਵਿੱਚ ਜਿਹੜੇ ਝੋਨਾ ਇਹ ਬਾਸਪਤੀ ਉਹ 5000 ਪਤੀ ਕੁਆਂਟਲ ਦੇ حساب ਦੇ ਨਾਲ ਵਿਕਿਆਏ ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਆ ਗਈ ਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪਿਛਲੇ ਸਾਲ ਬਾਸਪਤੀ ਝੋਨੇ ਦਾ ਜੋ ਰੇਟ ਸੀ ਉਹ 3000 ਤੋਂ ਲੈ ਕੇ 4000 ਦੇ ਵਿਚਕਾਰ ਆ ਰਿਹਾ ਸੀ ਪਹਿਲਾਂ 3200 3500 ਤੇ ਫਿਰ 3900 ਤੱਕ ਵੀ ਇਹ ਵਿਕਿਆ ਸੀ ਇਸ ਸਾਲ ਸ਼ੁਰੂ ਦੇ ਵਿੱਚ ਹੀ ਯਾਨੀ ਕਿ ਇਹ ਸੀਜ਼ਨ ਦੇ ਸ਼ੁਰੂ ਦੇ ਵਿੱਚ ਹੀ ਜੋ ਬਾਸਪਤੀ ਚੋਨਾ ਹੈ ਉਹ 5000 ਪਤੀ ਕੁਆਂਟਲ ਤੱਕ ਪਹੁੰਚ ਗਿਆ ਹੈ ਜੋ ਮੱਝਾਏ ਉਥੇ ਬਾਸਪਤੀ ਚੋਨਾ 15 ਸਤੰਬਰ ਤੋਂ ਆਣਾ ਸ਼ੁਰੂ ਹੋ ਗਿਆ ਹੈ ਮਾਲਵਾ ਦੇ ਹਜੇ ਕੁਝ ਖੇਤਰ ਵਿੱਚ ਹੀ ਬਾਸਪਤੀ ਚੋਨਾ ਆਏ ਪਰ ਇੱਕ ਚੰਗੀ ਖਬਰ ਸਾਹਮਣੇ ਆਈ ਆ ਕਿ ਪੰਜਾਬ ਦੇ ਵਿੱਚ ਹੁਣ ਜੋ ਬਾਸਪਤੀ ਚੋਨਾ ਹੈ ਉਹ 5000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ ਜੇਕਰ ਮੌੜ ਮੰਡੀ ਤੋਂ ਬਾਅਦ ਅੱਜ ਵੀ ਪੰਜਾਬ ਦੀਆਂ ਬਾਕੀ ਮੰਡੀਆਂ ਦੇ ਵਿੱਚ ਇਹ ਪਾ ਆਉਂਦਾ ਏ ਜਾਂ ਫਿਰ ਕੰਟੀਨ ਰਹਿਦਾ ਏ ਤਾਂ ਇਸ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਵੀ ਆ ਸਕਦੀ ਆ ਕਿਉਂਕਿ ਮੌੜ ਮੰਡੀ ਦੇ ਵਿੱਚ ਹੀ ਕੇਵਲ 5000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਬਾਸਪਤੀ ਝੋਨੇ ਦੀ ਖਰੀਦ ਕੀਤੀ ਗਈ ਆ ਇਸ ਦੇ ਨਾਲ ਦੱਸ ਦਿੰਦੇ ਆ ਕਿ ਫਰੀਦਕੋਟ ਦੇ ਵਿੱਚ ਪਾ ਰਿਹਾ ਏ 3980 ਤੇ ਸੰਗਰੂਰ ਦੇ ਵਿੱਚ 3900 ਪੱਛੀ ਰਾਇ ਪਰ ਇਸ ਦਿਨ ਨਾਲ ਕੁਝ ਨਵੇਂ ਖਾਤਸ਼ੇ ਵੀ ਆਉਣੇ ਸ਼ੁਰੂ ਹੋ ਗਏ ਨੇ ਕਿ ਜੇਕਰ 5000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ 5000 ਦਾ ਭਾਅ ਆ ਗਿਆ ਹੈ ਆਪਾਂ ਹੁਣ ਤੁਹਾਨੂੰ ਆਮ ਸ਼ਾਹਦਾਂ ਸਮਝਾ ਦਿੰਨੇ ਆ ਕਿ ਜੇਕਰ ਮੁੱਛਲ ਝੋਨਾ ਆਪਾਂ ਕਹਿ ਸਕਦੇ ਹਾਂ ਤੇ ਵਿੱਚ 11 21 ਵੀ ਆ ਜਾਂਦਾ ਹੈ ਉਹਦਾ ਜੇ ਭਾਅ ਹੁਣ 5000 ਰੁਪਏ ਹੋ ਗਿਆ ਹੈ ਤਾਂ ਇਸ ਦੇ ਨਾਲ ਜੋ ਕਿਸਾਨ ਜ਼ਮੀਨ ਠੇਕੇ ਉੱਪਰ ਲੈਂਦੇ ਨੇ ਤਾਂ ਉਸ ਦੇ ਵੀ ਭਾਅ ਬਲ ਸਕਦੇ ਨੇ ਪੰਜਾਬੀ ਟ੍ਰਿਬਿਊਨ ਵਿੱਚ ਇਹ ਜ਼ਿਕਰ ਵੀ ਕੀਤਾ ਗਿਆ ਹੈ ਕਿ ਇਸ ਸਮੇਂ 80 ਹਜ਼ਾਰ ਤੋਂ ਲੈ ਕੇ 82 ਹਜ਼ਾਰ ਦੇ ਜੋ ਤੈਹ ਰੇਟ ਹੋ ਰਹੇ ਨੇ ਠੇਕੇ ਵਾਲੀ ਜ਼ਮੀਨਾਂ ਦੇ ਤਾਂ ਹੁਣ ਵੇਖਣਾ ਬਾਕੀ ਰਹੇਗਾ ਕਿ ਇਹ ਪਾ ਹੁਣ ਮੋੜ ਮੰਡੀ ਤੋਂ ਬਾਅਦ ਲਗਾਤਾਰ ਕੰਟੀਨਿਊ ਰਹਿੰਦਾ ਹੈ ਲਗਾਤਾਰ ਚੱਲ ਰਿਹਾ ਹੈ ਪੰਜਾਬ ਦੀਆਂ ਬਾਕੀ ਮੰਡੀਆਂ ਦੇ ਵਿੱਚ ਵੀ ਤੇ ਪੰਜਾਬ ਦਾ ਕਿੰਨਾ ਝੋਨਾ 5000 ਰੁਪਏ ਤੇ ਭਾਅ ਦੇ ਨਾਲ ਵਿਕਦਾ ਹੈ ਅਜਿਹਿਆਂ ਹੁਰ ਖਬਰਾਂ ਲਈ ਬਣੇ ਰਹੋ ਪੰਜਾਬ ਲੋਕਮਾ ਟੀਵੀ ਦੇ ਨਾਲ ਧੰਨਵਾਦ